ਦੇ ਰਾਜ ਦੇ ਵਿੱਚ ਕਾਲ ਪੈ ਗਿਆ ਕਾਲ ਲੋਕ ਭੁੱਖੇ ਮਰਨ ਲੱਗੇ ਇਹਦੇ ਪੰਜਾਬ ਦੇ ਆਖਰ ਤੇਰੇ ਰਾਜ ਦੇ ਵਿੱਚ ਕੋਈ ਭੁੱਖਾ ਕਿਉਂ ਰਵੇ ਖਜ਼ਾਨੇ ਦੇ ਬੂਹੇ ਖੋਲ ਦਿੱਤੇ ਜਾਣ ਆਂਦੇ ਉਹਨੇ ਢੋਲ ਵਾਲੇ ਨੂੰ ਆਖਿਆ ਵੀ ਜਿੰਨੇ ਦਾਣੇ ਕੋਈ ਆਪਣੇ ਕੰਡ ਵਿੱਚ ਪਾ ਕੇ ਲਿਜਾ ਸਕਦਾ ਉਹ ਲੈ ਜਾਵੇ ਆਂਦੇ ਬੁੱਢੜੇ ਮੋਚੀ ਨੇ ਉਹ ਢੋਲੀ ਵਾਲੇ ਦੀ ਗੱਲ ਸੁਣੀ ਆਪਣੇ ਪੋਤਰੇ ਛੋਟੇ ਜੀ ਨੂੰ ਨਾਲ ਲੈ ਗਿਆ ਜਿੱਥੇ ਭੰਡਾਰੀ ਤਾਣੇ ਭਰ ਭਰ ਕੇ ਪਾਰਿਆ ਸੀ ਬੰਦਾ ਲਾਲਚੀ ਵੀ ਆ ਉਸ ਬੁੱਢੇ ਮੋਚੀ ਨੇ ਸੋਚਿਆ ਅੱਜ ਤੇ ਇਹਨੇ ਭੰਡਾਰੇ ਦੇ ਬੂਹੇ ਖੋਲੇ ਆ ਸ਼ਾਇਦ ਕੰਮ ਨੂੰ ਬੰਦ ਹੋ ਜਾਣ ਤੇ ਜੇ ਮੈਨੂੰ ਲੋੜ ਪਈ ਤੇ ਮੈਂ ਕਿੱਥੋਂ ਲੈ ਕੇ ਖਾਵਾਂਗਾ ਉਹਨੇ ਪੰਡ ਭੰਡਾਰੀ ਪਾਈ ਗਿਆ ਭਰ ਭਰ ਕੇ ਛਾਪੇ ਤੇ ਪੰਡ ਭਾਰੀ ਹੋ ਗਈ ਜਦੋਂ ਪੰਡ ਚੁੱਕਣ ਲੱਗਾ ਉਸ ਬਜ਼ੁਰਗ ਦੇ ਕੋਲ ਚੁੱਕੀ ਨਾ ਗਈ ਦੋ ਤਿੰਨ ਵਾਰੋਂ ਨੇ ਪੰਡ ਚੁੱਕੀ ਪਰ ਗੋਡਿਆਂ ਤੋਂ ਤਾਂ ਉਹ ਕੋਲ ਪੰਡ ਨਾ ਗਈ ਨਤੀਜਾ ਕੀ ਨਿਕਲਿਆ ਇੱਕ ਨੌਜਵਾਨ ਚਿੱਟ ਕੱਪੜੀ ਆ ਉਹਨੇ ਉੱਤੇ ਦਵਾਸ ਆਪਣੇ ਚਾਦਰਾ ਲਿਆ ਹੋਇਆ ਉਹਨੇ ਆਖਿਆ ਲਾ ਪੰਡ ਮੈਂ ਤੇ ਨੱਚ ਕਾ ਦਿੰਦਾ ਗੁਰ ਸਿੱਖੋ ਇੱਕ ਵਾਰ ਜਦੋਂ ਪੰਡ ਨਾ ਚੁੱਕੀ ਗਈ ਤੇ ਉਹਨੇ ਤਾਂ ਨੂੰ ਹੱਥ ਕਰਕੇ ਅੱਲਾ ਨੂੰ ਆਖਿਆ ਹੇ ਅੱਲਾ ਜੇ ਮੇਰਾ ਜਵਾਨ ਪੁੱਤ ਮੇਰੇ ਕੋ ਕਰੀਮਾ ਨਾ ਖੋਲੋ ਤੇ ਜਿਹੜੀ ਪੰਡ ਮੇਰੇ ਕੋ ਗੋਡਿਆਂ ਤੱਕ ਨਹੀਂ ਜਾਂਦੀ ਉਹ ਮੈਂ ਉਹਦੇ ਮੋਢਿਆਂ ਤੇ ਪਾ ਕੇ ਲੈ ਜਾਂਦਾ ਸੀ ਉਸ ਵੇਲੇ ਉਹ ਚਿੱਟ ਕੱਪੜੀਆਂ ਅੱਗੇ ਆਇਆ ਉਹਨੇ ਆਖਿਆ ਬਾਬਾ ਜਾਂ ਮੈਂ ਤੇਰਾ ਪੁੱਤਰ ਹਾਂ ਮੈਂ ਪੰਡ ਚੁੱਕ ਲੈਣਾ ਆਂਦੇ ਪੰਡ ਚੁੱਕ ਕੇ ਤੁਰਿਆ ਜਾ ਰਿਹਾ ਪਿੱਛੇ ਪਿੱਛੇ ਉਹ ਬੁੱਢਾ ਮੋਚੀ ਤੁਰਿਆ ਜਾ ਰਿਹਾ ਜਦੋਂ ਘਰ ਪਹੁੰਚਿਆ ਉਹਨੇ ਆਖਿਆ ਬਾਬਾ ਤੇਰਾ ਪੋਤਰਾ ਛੋਟਾ ਇਸ ਤੋਂ ਭੜੋਲੇ ਦਾਣੇ ਪਵਾਏ ਨਹੀਂ ਜਾਣੇ ਕਿਆ ਕਰਨਾ ਦਾਣੇ ਮੈਂ ਪਵਾ ਦਿੰਦਾ ਆਂਦੇ ਸ਼ੇਰ ਪੰਜਾਬ ਨੇ ਜਦੋਂ ਦਾਣੇ ਪਵਾਏ ਭੜੋਲੇ ਦੇ ਵਿੱਚ ਤੇ ਤੁਰਨ ਲੱਗਾ ਉਸ ਬੁੱਢੇ ਮੋਚੀ ਨੇ ਉਹਦਾ ਜਾਮਾ ਫੜ ਕੇ ਆਖਿਆ ਉਹ ਨੌਜਵਾਨਾ ਤੂੰ ਬੜੀ ਬੁੱਢੇ ਦੀ ਸੇਵਾ ਕੀਤੀ ਤੈਨੂੰ ਰੱਬ ਹੋਰ ਸ਼ਕਤੀਸ਼ਾਲੀ ਬਣਾ ਦੇ ਉਹ ਤੂੰ ਜਾਣ ਵਾਲਿਆਂ ਨਾਂ ਤੇ ਦਾਦਾ ਤੂੰ ਹੈ ਕੌਣ ਉਹਨੇ ਆਖਿਆ ਜ਼ਰੂਰ ਪੁੱਛਣਾ ਚਾਹੁੰਦਾ ਬਾਪੂ ਉਹਨੇ ਜਦੋਂ ਸਿਰ ਤੋਂ ਚਾਦਰਾ ਲਾਇਆ ਤੇ ਉੱਭਰਦੀ ਹੋਈ ਤਸਵੀਰ ਸ਼ੇਰੇ ਪੰਜਾਬ ਦੀ ਅੱਗੇ ਆਈ ਉਹ ਬੁੱਢਾ ਮੋਚੀ ਹੈਰਾਨ ਰਹਿ ਗਿਆ ਉਹਨੇ ਆਖਿਆ ਸ਼ੇਰੇ ਪੰਜਾਬ ਉਹਨੇ ਆਖਿਆ ਜੇ ਪੰਡ ਚੁੱਕ ਕੇ ਆਉਣਾ ਸੀ ਕਲਗੀ ਲਾ ਲੈਂਦੇ ਤੇਰੀ ਕਲਗੀ ਫਿਸ ਗਈ ਆ ਉਹਨੇ ਆਖਿਆ ਬਾਬਾ ਜਦੋਂ ਕਲਗੀਆਂ ਦੇਣ ਵਾਲੇ ਰਾਜਣਗੇ ਨਾ ਤੇ ਕਲਗੀਆਂ ਹੋਰ ਮਿਲ ਜਾਣਗੀਆਂ ਇਹੋ ਜਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜਾ 500 ਦੀ ਦੇਗ ਹਰਿਮੰਦਰ ਸਾਹਿਬ ਵਿੱਚ ਚੜਾਇਆ ਕਰਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਮੁਲਤਾਨ ਨੂੰ ਜਿੱਤ ਕੇ ਆਇਆ ਤੇ ਉਹਨੇ ਸਾਰੀ ਹਰਿਮੰਦਰ ਸਾਹਿਬ ਦੀ ਜਿਹੜੀ ਅੰਦਰਲੀ ਛੱਤ ਨੂੰ ਸੋਨਾ ਲਵਾਇਆ ਚੰਗੇ ਚੰਗੇ ਦੂਰੋਂ ਦੂਰੋਂ ਮਿਸਤਰੀ ਸੱਦ ਕੇ ਚੰਗਾ ਬਾਹਰ ਸੰਗਮਰਮਰ ਦਾ ਪੱਥਰ ਲਵਾਇਆ ਅੱਜ ਆਪਾਂ ਦਰਸ਼ਨ ਕਰਦੇ ਹਾਂ ਛੋਟੇ ਛੋਟੇ ਹੀਰਿਆਂ ਵਰਗੇ ਜੜੇ ਹੋਏ ਪੱਥਰ ਹਰਿਮੰਦਰ ਸਾਹਿਬ ਦੀਆਂ ਕੰਧਾਂ ਵਿੱਚ ਉਸ ਰਾਜੇ ਰਣਜੀਤ ਸਿੰਘ ਦੀ ਸੇਵਾ ਦੀ ਕਹਾਣੀ ਦੱਸ ਰਿਹਾ ਇਹੋ ਜਿਹਾ ਚੰਗਾ ਸ਼ੇਰੇ ਪੰਜਾਬ ਜੋ ਉਹਦੇ ਵਿੱਚ ਕਮੀਆਂ ਸਨ ਉਹ ਵੀ ਭਾਈ ਸਾਹਿਬ ਦੱਸ ਗਏ ਆ ਮੇਰਾ ਜੀ ਕਰੇ ਮੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਤੁਹਾਡੀ ਸੇਵਾ ਵਿੱਚ ਰੱਖਾਂ ਵੱਡਾ ਭਟੰਗੀ ਥੋੜ੍ਹਾ ਜਿਹਾ ਢਿੱਲਾ ਆਗੂ ਪ੍ਰਸੰਗ ਸਾਰਾ ਇਹਨੂੰ ਆਉਂਦਾ ਮੈਂ ਤੁਹਾਡੇ ਸਾਹਮਣੇ ਜੋ ਮੈਨੂੰ ਆਗੂ ਕਵਿਤਾ ਆਉਂਦੀਆਂ ਮੈਂ ਉਹ ਪ੍ਰਸੰਗ ਰੱਖਣ ਦਾ ਯਤਨ ਕਰੂੰਗਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਿੰਘੋ ਇਹੋ ਜਿਹਾ ਬਹਾਦਰ ਖਾਲਸਾ ਸਾਜਿਆ ਜਿਹਨੇ ਇੱਕ ਮਰਨਾ ਤੇ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਵਿੱਚ ਇਹੋ ਜਿਹੀ ਸਪਿਰਟ ਭਰ ਕੇ ਰੱਖ ਦਿੱਤੀ ਜਿਹਨੇ 5 ਘੁੱਟ ਛਕ ਲਏ ਉਹਨੇ ਫਿਰ ਮੌਤ ਨੂੰ ਮਜ਼ਾਕਾ ਕੀਤੀ ਨਹੀਂ ਅਬਦਾਲੀ ਆਪਣੀ ਕੰਮ ਦੇ ਨਾਲ ਲਿਖਦਾ ਅਮਾਵਰ ਸਿੰਘ ਇੱਕ ਲੋਹੇ ਦਾ ਕਿਲਾ ਸ਼ਾਇਦ ਇਹਨਾਂ ਨੂੰ ਤਾਕਤ ਕੋਈ ਤਾਲ ਤੋੜਨ ਵਿੱਚ ਕਾਮਯਾਬ ਹੋ ਸਕੇ ਮਾਮਾ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਉਹਨੇ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੂੰ ਹੁਕਮ ਕੀਤਾ ਪੰਜਾਬ ਦੇ ਵਿੱਚੋਂ ਸਿੰਘਾਂ ਦਾ ਖਾਤਮਾ ਕੀਤਾ ਜਾਵੇ ਬਸ ਫਿਰ ਕੀ ਸੀ ਹੁਕਮ ਸੁਣਦਿਆਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਘਰ ਘਾਟ ਸਿੰਘਾਂ ਦੇ ਬਰਬਾਦ ਕੀਤੇ ਗਏ ਕੋਹ ਕੋਹ ਕੇ ਬੱਚਿਆਂ ਨੂੰ ਮਾਰਿਆ ਗਿਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਬੀਕਾਨੇਰ ਦੇ ਝੱਲਾਂ ਵਿੱਚ ਰਿਹਾ ਕਰਦਾ ਸੀ ਦੋ ਸੂਰਮੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤਰਨ ਤਾਰਨ ਦੇ ਘੋਰ ਜੰਗਲ ਵਿੱਚ ਰਿਹਾ ਕਰਦੇ ਸੀ ਇੱਕ ਮੋਲਾ ਦਾ ਟੋਲਾ ਜਿਹੜਾ ਦਿੱਲੀ ਤੋਂ ਲਾਹੌਰ ਨੂੰ ਜਾ ਰਿਹਾ ਸੀ ਉਹ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਆ ਵੀ ਹੁਣ ਤੇ ਜਕਰੀਆ ਖਾਨ ਨੇ ਸਾਰਾ ਖਾਲਸਾ ਗੁਰੂ ਗੋਬਿੰਦ ਸਿੰਘ ਦਾ
ਮਲੀਆਂ ਮੇਟ ਕਰ ਦਿੱਤਾ। ਕੋਈ ਪੰਜਾਬ ਦੇ ਵਿੱਚ ਵੇਖਣ ਨੂੰ ਸਿੱਖ ਨਹੀਂ ਰਹਿ ਗਿਆ। ਜਿਸ ਤਰ੍ਹਾਂ ਉਹਨਾਂ ਤੁਰਕਾਂ ਨੇ ਖਾਲਸਾ ਹੋਣ ਦੀਆਂ ਗੱਲਾਂ ਕੀਤੀਆਂ ਖਤਮ ਦੀਆਂ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਕਿਉਂ ਬਿਆਨ ਕੀਤਾ ਜਾ ਰਿਹਾ ਜੀ? ਬਿੱਛੂ ਡੰਕ ਲੱਗੇ ਉਹ ਲੱਗੀ ਬੋਲੀ ਸਿੰਘ ਸੋਏ, ਸਿੰਘ ਨੂੰ ਇਸ ਤਰ੍ਹਾਂ ਬੋਲੀ ਵੱਜੀ।
ਸਿੱਧ ਚਿੱਤ ਜੈ ਨਿਸ਼ਚੇ ਧਾਰੀ ਤੇ ਸੀਸ ਲਗੇ ਮੈਂ ਗੱਲ ਨਾ ਕਰੀ। ਉਹਨੇ ਆਖਿਆ ਦੇ ਕੇ ਤੇ ਹੁਣ ਸਿਰ ਧਰਦੀ ਇੱਥੇ ਬਾਜੀ ਨਾ ਲਾ ਦਈਏ ਤੇ ਫਿਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਕੀ ਹੋਇਆ। ਉਹਨੇ ਆਪਣੇ ਨਾਂ ਦੇ ਭਰਾ ਬਾਬਾ ਗਰਜਾ ਸਿੰਘ ਨੇ ਸਲਾਹ ਕੀਤੀ, ਉਹ ਬਾਬਾ ਗਰਜਾ ਸਿੰਘ ਆ ਤੁਰਕਾਂ ਦੀ ਫੌਜ ਕੀ ਆਉਂਦੀ ਆ, ਇਹ ਆਉਂਦੇ ਵੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ। ਉਹਨੇ ਆਖਿਆ ਹਾਜ਼ਰ ਨਹੀਂ ਤਵੇ ਸੂਰ ਨੇ ਛਾਲਾ ਮਾਰ ਦੇ ਉਹਨਾਂ ਤੁਰਕਾਂ ਦੇ ਸਾਹਮਣੇ ਆਏ। ਉਹ ਕੀ ਬੋਲਦੇ ਜੇ ਉਹ ਕੱਚੇ ਪਿੰਨੇ ਹੋ, ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ। ਉਹਨਾਂ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਦਾ ਜਨਮ ਦਿਨ ਆ ਸਕਦਾ ਪਰ ਮਰਨ ਦਿਨ ਕਦੇ ਨਹੀਂ ਆ ਸਕਦਾ। ਉਹਨਾਂ ਇੱਕ ਕੇਸਰੀ ਨਿਸ਼ਾਨ ਸਾਹਿਬ ਗੱਡ ਕੇ ਨਾਰਾ ਲਾਇਆ, ਉਹਨਾਂ ਆਖਿਆ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਜਿੰਨੇ ਵੀ ਇੱਥੋਂ ਜਾਣਾ। ਖਾਲਸੇ ਨੇ ਰਾਜ ਕਾਇਮ ਕਰ ਲਿਆ, ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕੀਤਾ। ਇਸੇ ਤਰ੍ਹਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਖਾਲਸਾ ਰਾਜ ਕਾਇਮ ਕੀਤਾ ਤੇ ਟੈਕਸ ਲਾ ਤਾ ਆਉਣ ਜਾਣੇ ਆਉਣ ਜਾਣ ਵਾਲੇ ਰਾਹੀਆਂ ਨੂੰ, ਆਨਾ ਗੱਡਾ ਤੇ ਪੈਸਾ ਖੋਤਾ। ਜਿੱਦਾਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਟੋਲ ਪਲਾਜ਼ਾ ਲਾਇਆ, ਉਹਨਾਂ ਲੈਣਾ ਤੁਹਾਡੇ ਸਾਹਮਣੇ ਹੈ, ਇਹੋ ਬਿਆਨ ਕੀਤਾ ਜਾ ਰਿਹਾ।